ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਕੈਨੇਡਾ ਜਾਣ ਦੇ ਚਾਹਵਾਂ ਨਾਲ ਇੱਕ ਖੁਸ਼ਖਬਰੀ ਲੈ ਕੇ। ਦੋਸਤੋ, ਕੁਛ ਦਿਨ ਪਹਿਲਾਂ ਵੀ ਅਸੀਂ ਇੱਕ ਜਾਣਕਾਰੀ ਦਿੱਤੀ ਸੀ ਅਤੇ ਜਿਸਦਾ ਸਾਡੇ ਪਿਆਰੇ ਦਰਸ਼ਕਾਂ ਵੱਲੋਂ ਭਰਪੂਰ ਜਿਹੜਾ ਉਹ ਸਾਨੂੰ ਸਮਰਥਨ ਮਿਲਿਆ ਸੀ ਅਤੇ ਕਾਫੀ ਜ਼ਿਆਦੀਆਂ ਨਵੀਆਂ ਜਾਣਕਾਰੀਆਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਸੋ ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕੈਨੇਡਾ ਦੇਸ਼ ਹੈ ਉਸਨੇ ਕਿਸ ਤਰ੍ਹਾਂ ਦੀ ਇੱਕ ਪੋਲਿਸੀ ਦੇ ਵਿੱਚ ਲਚਕਤਾ ਅਪਣਾ ਲਈ ਹੈ ਅਤੇ ਤੁਹਾਨੂੰ ਏਜੰਟਾਂ ਕੋਲ ਵੀ ਖੱਜਲ ਖੁਆਰ ਹੋਣ ਦੀ ਲੋੜ ਨਹੀਂ, ਨਾ ਹੀ ਕਿਸੇ ਦੇ ਝਾਂਸਿਆਂ ਦੇ ਵਿੱਚ ਫਸਣ ਦੀ ਲੋੜ ਹੈ। ਕੈਨੇਡਾ ਸਰਕਾਰ ਹੁਣ ਸਿੱਧੇ ਵੀਜ਼ੇ ਦੇਵੇਗੀ, ਭਾਰਤੀਆਂ ਦਾ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਉਹ ਪੂਰਾ ਹੋਵੇਗਾ। ਜਿਨ੍ਹਾਂ ਨੂੰ ਹੁਣ ਤੱਕ ਕੈਨੇਡਾ ਦਾ ਵੀਜ਼ਾ ਨਹੀਂ ਪ੍ਰਾਪਤ ਹੋਇਆ, ਚਾਹੇ ਬੇਸ਼ੱਕ ਉਹਨਾਂ ਦੀ ਰਿਫਿਊਜ਼ਲ ਹੀ ਕਿਉਂ ਨਾ ਆਈ ਹੋਵੇ, ਉਹਨਾਂ ਦਾ ਵੀ ਇਹ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਹੈ ਉਹ ਸਾਕਾਰ ਹੋ ਸਕਦਾ ਹੈ। ਟਰੂਡੋ ਸਰਕਾਰ ਨੇ ਭਾਰਤੀਆਂ ਲਈ ਇੱਕ ਖਾਸ ਕਰਕੇ ਨਵੀਂ ਸਕੀਮ ਸ਼ੁਰੂ ਕੀਤੀ ਹੈ ਜਿਸ ਨਾਲ ਪੰਜਾਬੀ ਜਿਹੜੇ ਨੇ ਆਸਾਨੀ ਨਾਲ ਹੀ ਕੈਨੇਡਾ ਵਿੱਚ ਜਾ ਸਕਣਗੇ। ਭਾਰਤ ਵਿੱਚ ਵਧੇਰੇ ਲੋਕਾਂ ਦੀ ਪਹਿਲੀ ਪਸੰਦ ਜਿਹੜੀ ਕੈਨੇਡਾ ਦੇਸ਼ ਹੈ। ਕੈਨੇਡਾ ਨੇ ਵੀ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ ਜਿਨ੍ਹਾਂ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਨਾਲ ਕੈਨੇਡਾ ਅਤੇ ਉੱਥੇ ਜਾਣ ਵਾਲੇ ਚਾਹਵਾਨਾਂ ਦੋਹਾਂ ਦਾ ਹੀ ਫਾਇਦਾ ਹੋਇਆ। ਕੈਨੇਡਾ ਦੀ ਅਰਥ ਵਿਵਸਥਾ ਉੱਥੋਂ ਦੇ ਨੌਜਵਾਨਾਂ ਦੇ ਕੰਮ 'ਤੇ ਨਿਰਭਰ ਕਰਦੀ ਹੈ। ਕੰਮ ਪੜ੍ਹਾਈ ਕਰਨ ਵਾਲਾ ਇਨਸਾਨ ਕੈਨੇਡਾ ਵਿੱਚ ਕੋਈ ਨਾ ਕੋਈ ਟੈਕਸ ਭਰਦਾ ਹੈ, ਭਾਵੇਂ ਉਹ ਟੈਕਸਾਂ ਕਰਕੇ ਕੈਨੇਡਾ ਸਰਕਾਰ ਦੀ ਤਰੱਕੀ ਵਿੱਚ ਵਾਧਾ ਹੋਇਆ। ਕੈਨੇਡਾ ਦੀ ਆਰਥਿਕ ਹਾਲਤ ਵੀ ਜਿਹੜੀ ਹੈ ਹੁਣ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਧਰੀ ਹੈ ਅਤੇ ਇਸ ਨਵੀਂ ਜਿਹੜੀ ਯੋਜਨਾ ਉਸ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਟੋਰਾਂਟੋ ਦੇ ਵਿੱਚ ਇੱਕ ਸਪੀਚ ਦਿੱਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਾਲ ਤੋਂ ਲੈ ਕੇ ਅਗਲੇ 3 ਸਾਲਾਂ ਤੱਕ ਕੈਨੇਡਾ ਸਰਕਾਰ ਲਗਭਗ 10 ਲੱਖ ਲੋਕਾਂ ਨੂੰ ਵੀਜ਼ਾ ਦੇਵੇਗੀ। ਮਾਰਕੋ ਮੈਂਡੀਚੀਨੋ 2019 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਬਣੇ ਸਨ। ਪ੍ਰਵਾਸੀਆਂ ਨੂੰ ਕੈਨੇਡਾ ਬੁਲਾਉਣ ਦੇ ਪਿੱਛੇ ਅਸਲੀ ਹੱਥ ਮਾਰਕੋ ਹੋਣਾ ਦਾ ਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਅੱਗੇ ਕਿ ਕੈਨੇਡਾ ਦਾ ਭਵਿੱਖ ਜਿਹੜਾ ਪ੍ਰਵਾਸੀਆਂ 'ਤੇ ਨਿਰਭਰ ਕਰਦਾ ਹੈ। ਇਸ ਦਾ ਅਸਲ ਕਾਰਨ ਕੈਨੇਡਾ ਦੀ ਬਰਥ ਰੇਟ ਹੈ ਜਿਹੜੀ ਕਿ ਬਹੁਤ ਘੱਟ ਹੈ। ਜਿਵੇਂ ਕਿ ਦੋਸਤੋ ਤੁਸੀਂ ਪਿਛਲੇ ਦਿਨੀ ਵੀ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਅਖਬਾਰਾਂ ਦੇ ਵਿੱਚ ਵੀ ਪੜ੍ਹਿਆ ਹੋਣਾ ਕਿ ਉੱਥੋਂ ਦੀ ਆਬਾਦੀ ਜਿਹੜੀ ਹੈ ਉਹ 20% ਦੇ ਵਾਧੇ ਨਾਲ ਹੀ ਅੱਗੇ ਵੱਧ ਰਹੀ ਹੈ, ਜਦੋਂ ਕਿ ਉੱਥੇ ਜਿਹੜੇ 80% ਲੋਕ ਨੇ ਉਹ ਬਾਹਰ ਤੋਂ ਉਡਾਰੀ ਮਾਰ ਕੇ ਉੱਥੇ ਪਹੁੰਚ ਰਹੇ ਨੇ। ਜ਼ਿਆਦਾਤਰ ਉੱਥੇ ਬਜ਼ੁਰਗ ਲੋਕ ਰਹਿੰਦੇ ਨੇ। ਕੈਨੇਡਾ ਵਿੱਚ ਸਭ ਤੋਂ ਵਧੇਰੇ ਪ੍ਰਵਾਸੀ ਪੰਜਾਬੀ ਹੀ ਨੇ, ਇਸ ਲਈ ਉਮੀਦ ਹੈ ਕਿ ਕੈਨੇਡਾ ਦੇਸ਼ ਜਿਹੜਾ ਹੈ ਉਹ ਪਹਿਲ ਜਿਹੜੀ ਹੈ ਭਾਰਤੀਆਂ ਨੂੰ ਹੀ ਦੇਵੇਗਾ। ਅੱਗੇ ਮਾਰਕੋ ਹੁਣਾਂ ਨੇ ਦੱਸਿਆ ਕਿ 10 ਲੱਖ ਪ੍ਰਵਾਸੀਆਂ ਨੂੰ ਬੁਲਾਉਣ ਦਾ ਉਹਨਾਂ ਦਾ ਟੀਚਾ ਹੈ, ਜਿਨ੍ਹਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਜੇਕਰ ਕੋਈ ਕੈਨੇਡਾ ਆਉਣ ਦਾ ਚਾਹਵਾਨ ਹੈ ਉਹ ਐਕਸਪ੍ਰੈਸ ਐਂਟਰੀ ਦੇ ਦੁਆਰਾ ਵੀ ਪੁਆਇੰਟ ਇਕੱਠੇ ਕਰਕੇ ਵੀ ਸ਼ਰਤਾਂ ਪੂਰੀਆਂ ਕਰਕੇ ਕੈਨੇਡਾ ਆ ਸਕਦਾ ਹੈ। ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀਆਂ 95% ਅਰਜ਼ੀਆਂ ਜਿਹੜੀਆਂ ਨੇ ਉਹ ਲਗਭਗ ਮਨਜ਼ੂਰ ਹੋਈਆਂ। ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਵੀ ਹਨ ਵੀਜ਼ਾ ਪ੍ਰਾਪਤ ਕਰਨ ਵਾਸਤੇ। ਮੰਤਰੀ ਮਾਰਕੋ ਹੁਣਾਂ ਨੇ ਦੱਸਿਆ ਕਿ ਇਸ ਸਕੀਮ ਦੀ ਜਿਹੜੀ ਔਫੀਸ਼ੀਅਲ ਜਾਣਕਾਰੀ ਅਤੇ ਸ਼ਰਤਾਂ ਨੂੰ ਕੈਨੇਡਾ ਦੀ ਜਾਣਕਾਰੀ ਤੁਸੀਂ ਕੈਨੇਡਾ ਸਰਕਾਰ ਦੀ ਔਫੀਸ਼ੀਅਲ ਵੈਬਸਾਈਟ 'ਤੇ ਵੀ ਲੈ ਸਕਦੇ ਹੋ। ਇਮੀਗ੍ਰੇਸ਼ਨ ਔਫੀਸਰ ਨੇ ਇੱਕ ਹੋਰ ਵੱਡੀ ਸੂਚਨਾ ਦਿੱਤੀ ਕਿ ਅਗਲੇ 3 ਸਾਲਾਂ ਵਿੱਚ ਕੈਨੇਡਾ ਪਈਆਂ PR ਦੀਆਂ ਫਾਈਲਾਂ ਵਿੱਚ 90% ਨੂੰ PR ਦੇ ਦਿੱਤੀ ਜਾਵੇਗੀ ਅਤੇ ਜਿਸ ਵਿਅਕਤੀ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਾ ਹੋਇਆ ਅਤੇ ਪੁਆਇੰਟ ਪੂਰੇ ਹੋਣਗੇ ਉਸ ਨੂੰ ਵੀ PR ਪਹਿਲ ਦੇ ਆਧਾਰ 'ਤੇ ਮਿਲੇਗੀ। ਉਹਨਾਂ ਨੇ ਅੱਗੇ ਸਪਸ਼ਟ ਕੀਤਾ ਕਿ ਭਾਰਤੀਆਂ ਨੂੰ ਵੱਡੇ ਪੱਧਰ 'ਤੇ ਆ ਕੇ ਕੈਨੇਡਾ ਅਰਥ ਵਿਵਸਥਾ ਨੂੰ ਸੁਧਾਰਿਆ, ਜਿਸ ਵਿੱਚ ਸਟੂਡੈਂਟ ਵੱਲੋਂ ਭਰੇ ਟੈਕਸ ਸ਼ਾਮਲ ਨੇ। ਜੋ ਵੀ ਵਰਕ ਪਰਮਿਟ 'ਤੇ ਆਉਂਦਾ ਉਹੀ ਟੈਕਸ ਭਰਦਾ, ਜੋ ਕਿ ਅਰਥ ਵਿਵਸਥਾ ਲਈ ਬਹੁਤ ਲਾਹੇਵੰਦ ਹੈ। ਇਸ ਕਰਕੇ ਕੈਨੇਡਾ ਸਰਕਾਰ ਨੂੰ 10 ਲੱਖ ਪ੍ਰਵਾਸੀਆਂ ਨੂੰ ਬੁਲਾਉਣ ਦਾ ਵੱਡਾ ਫੈਸਲਾ ਲਿਆ ਗਿਆ, ਜਿਸ ਵਿੱਚ ਪ੍ਰਮੁੱਖ ਭਾਰਤੀ ਹੋਣਗੇ। ਸੋ ਪਿਆਰੇ ਦਰਸ਼ਕੋ, ਲੱਗਦਾ ਕਿ ਕੈਨੇਡਾ ਸਰਕਾਰ ਨੂੰ ਵੀ ਪੰਜਾਬ ਦੀ ਕਾਬਲੀਅਤ ਦਾ ਪਤਾ ਲੱਗ ਗਿਆ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕੈਨੇਡਾ ਦੀ ਜਿਹੜੀ ਔਫੀਸ਼ੀਅਲ ਵੈਬਸਾਈਟ ਹੈ ਉਸ ਨੂੰ ਵੇਖ ਸਕਦੇ ਹੋ ਅਤੇ ਹੋਰ ਨਵੀਆਂ ਤਾਜ਼ਾ ਤਰੀਨ ਖਬਰਾਂ ਜਾਣਕਾਰੀਆਂ, ਚਾਹੇ ਉਹ ਸਮਾਜ ਨਾਲ ਸੰਬੰਧਿਤ ਹੋਣ, ਖੇਤੀਬਾੜੀ, ਧਰਮ, ਵਿਰਸਾ, ਸੱਭਿਆਚਾਰ ਨਾਲ, ਸੋ ਇਸ ਆਪਣੇ ਪਿਆਰੇ ਚੈਨਲ 'ਤੇ ਤੁਸੀਂ ਵੇਖ ਸਕਦੇ ਹੋ। ਦਿਓ ਇਜਾਜ਼ਤ, ਬਹੁਤ ਬਹੁਤ।